ਹਲੋ ਦੋਸਤੋ ਲਾਸਟ ਲੈਕਚਰਸ ਆਪਾਂ ਸਰਲ ਸਮਕਰਨ ਬਾਰੇ ਗੱਲ ਕੀਤੀ ਸੀ ਸਮੀਕਰਨ ਨੂੰ ਕਥਨਾ ਰੂਪ ਵਿੱਚ ਲਿਖਿਆ ਸੀ ਕਥਨਾ ਨੂੰ ਸਮੀਕਰਨ ਰੂਪ ਵਿੱਚ ਲਿਖਿਆ ਸੀ ਇਸ ਲੈਕਚਰ ਚ ਆਪਾਂ ਜੋ ਗੱਲ ਕਰਨੀ ਹੈ ਆਪਾਂ ਸਮੀਕਰਨ ਦੇ ਹੱਲ ਦੀ ਗੱਲ ਕਰਨੀ ਹੈ ਸੋਲੂਸ਼ਨ ਆਫ ਇਕੁਏਸ਼ਨ ਆਪਾਂ ਜੋ ਵਰਕ ਕਰਨਾ ਹੁਣ ਇੱਕ ਇੱਕ ਸਮੀਕਰਨ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਸੋਲੂਸ਼ਨ ਆਫ ਇਕੁਏਸ਼ਨ ਆਪਾਂ ਇਸ ਦੀ ਸਟੱਡੀ ਡਿਟੇਲਸ ਕਰਨੀ ਹੈ ਉਸ ਤੋਂ ਪਹਿਲਾਂ ਕੁਝ ਟਾਪਿਕ ਤੇ ਗੱਲ ਕਰਦੇ ਆ ਸਮਾਨਤਾ ਇਕੁਐਲਿਟੀ ਮੈਂ ਇੱਕ ਸਮਾਨਤਾ ਲੈ ਰਿਹਾ ਸਮਾਨਤਾ ਮਤਲਬ ਬਰਾਬਰ ਦਾ ਇਸਾ ਲੈ ਰਿਹਾ 3 2 6 1 ਮੈਂ ਇੱਕ ਸਮਾਨਤਾ ਲੈ ਲਈ ਤੇ ਤੁਸੀਂ ਚੈੱਕ ਕਰ ਸਕਦੇ ਹੋ ਖੱਬੇ ਪਾਸੇ ਜਦੋਂ ਇਹਨੂੰ ਹੱਲ ਕੀਤਾ ਤੇ 9 2 ਕਿੰਨਾ ਆ ਗਿਆ 5 6 1 ਕਿੰਨਾ ਆ ਗਿਆ 5 ਇਹ ਦੋਨੇ ਆਪਸ ਕੀ ਨੇ ਬਰਾਬਰ ਨੇ ਇਹ ਸਮਾਨਤਾ ਹੈ ਠੀਕ ਪਹਿਲੀ ਗੱਲ ਜੋ ਆਪਣੀਆ ਸਮਾਨਤਾ ਹੈ 3 2 ਤੇ 6 1 ਇਸ ਵਿੱਚ ਦੋਹਾਂ ਪਾਸੇ 2 ਜੋੜਨ ਤੇ ਤਾਂ ਕੀ ਕੀਤਾ ਇੱਥੇ ਆਪਾਂ ਦੋਹਾਂ ਪਾਸੇ ਦੋ ਜੋੜਤਾ ਜੋੜਤਾ ਹੈਨਾ ਤਿੰਨ ਜੋੜ ਦੋ ਚਾਰ ਜੋੜ ਦੋ ਤੁਹਾਡੀ ਮਰਜ਼ੀ ਹੈ ਤੁਸੀਂ ਕੋਈ ਵੀ ਇੱਕ ਸੰਖਿਆ ਜੋੜ ਸਕਦੇ ਹੋ ਇਹਨੂੰ ਹੱਲ ਕੀਤਾ ਤਿੰਨ ਤੇ ਦੋ 5 5 ਤੇ ਦੋ 7 6 ਚੋਂ ਇੱਕ ਘਟਾਇਆ 5 5 ਤੇ ਦੋ 7 ਤਾਂ ਹੱਲ ਕਰਕੇ ਕੀ ਆ ਗਿਆ 7 ਬਰਾਬਰ ਹੈ 7 ਅਗਲੀ ਗੱਲ ਦੋਨਾਂ ਪਾਸਿਆਂ ਵਿੱਚੋਂ ਦੋ ਘਟਾਉਣ ਤੇ ਤੁਸੀਂ ਇੱਥੇ ਕੋਈ ਵੀ ਸੰਖਿਆ ਲੈ ਸਕਦੇ ਹੋ ਕੱਲੇ ਇਹ ਤਾਂ ਮੈਂ ਇੱਕ ਉਦਾਹਰਣ ਲੈ ਰਿਹਾ ਦੋ ਦੀ ਤੁਸੀਂ ਤਿੰਨ ਵੀ ਲੈ ਸਕਦੇ ਹੋ ਚਾਰ ਪੰਜ 6 ਜੋ ਤੁਹਾਡਾ ਮਨ ਕਰਦਾ ਤਾਂ 3 2 2 6 1 2 3 ਤੇ 2 5 5 ਚੋਂ 2 ਘਟਾਏ 3 6 ਚੋਂ 1 ਘਟਾਏ 5 5 ਚੋਂ 2 ਘਟਾਏ 3 ਤਾਂ ਇਹ ਵੀ ਕਿਹਦੇ ਬਰਾਬਰ ਆ ਗਿਆ 3 ਬਰਾਬਰ ਹੈ ਇਹ ਵੀ ਦੋਨੋਂ ਆਪਸ ਕੀ ਆ ਗਏ ਬਰਾਬਰ ਦੋਨਾਂ ਪਾਸੇ 3 ਨਾਲ ਗੁਣਾ ਕਰਾਂ ਤੇ ਹੁਣ ਕੀ ਕਰਾਂਗੇ ਦੇਖੋ ਦੋਹਾਂ ਪਾਸੇ 3 3 ਨਾਲ ਗੁਣਾ ਕੀਤਾ ਆਪਾਂ ਨੂੰ ਪਤਾ ਦੋਹਾਂ ਪਾਸੇ ਹੱਲ ਕਰਕੇ 5 ਤੇ 5 ਆ ਰਹੇ ਹਨ ਹੈਨਾ ਇਹੀ ਆ ਰਹੇ ਸੀ ਚਾਹੇ ਤੁਸੀਂ ਉਹ ਲਿਖ ਲੋ ਮੈਂ ਕੀ ਕੀਤਾ ਦੋਹਾਂ ਪਾਸੇ 3 ਨਾਲ ਗੁਣਾ ਕਰਤੀ ਤਾਂ ਕੀ ਆ ਗਿਆ 15 ਬਰਾਬਰ ਹੈ 15 ਆ ਗਿਆ 15 ਬਰਾਬਰ ਹੈ 15 ਇਸੇ ਤਰੀਕੇ ਨਾਲ ਜਦੋਂ ਆਪਾਂ ਦੋਹਾਂ ਪਾਸੇ ਵੰਡ ਕਰਾਂਗੇ ਮੰਨ ਲਓ ਮੈਂ ਦੋਹਾਂ ਪਾਸੇ 5 ਨਾਲ ਵੰਡ ਕਰਤੀ ਤਾਂ 5 ਨੂੰ 15 ਨਾਲ ਵੰਡਿਆ 1 5 ਨੂੰ 15 ਨਾਲ ਵੰਡਿਆ 1 ਤਾਂ ਕੀ ਕੀਤਾ ਆਪਾਂ ਆਪਾਂ ਇੱਕ ਰਿਜ਼ਲਟ ਕੱਢਿਆ ਅਗਰ ਦੋਹਾਂ ਪਾਸੇ ਆਪਾਂ ਇੱਕੋ ਹੀ ਸੰਖਿਆ ਨੂੰ ਜੋੜਦੇ ਹਾਂ ਘਟਾਉਂਦੇ ਹਾਂ ਗੁਣਾ ਕਰਦੇ ਹਾਂ ਜਾਂ ਵੰਡ ਕਰਦੇ ਹਾਂ ਤਾਂ ਦੋਨੇ ਪਾਸੇ ਕੀ ਰਹਿਣਗੇ ਬਰਾਬਰ ਹੀ ਰਹਿਣਗੇ ਇਹੀ ਗੱਲ ਕੀਤੀ ਹੈ ਨਾ कि अगर दोहा पास दोहा पास एक संख्या निश्चित कोई भी हो सकती है चाहे पासे जोड़ दिए, चाहे दोहा पास घटा दिए, चाहे गुना कर दिए, चाहे कर दिए, दोनों पास की रहने बराबर रहने इन इनकेस अगर हो मान लो खब्बे पासे आप जोड़ता, ਸੱਜੇ ਪਾਸੇ ਮੰਨ ਲਓ 3 ਜੋੜਤਾ ਹੈ ਨਾ ਖੱਬੇ ਪਾਸੇ ਆਪਾਂ 2 ਜੋੜਿਆ ਸੱਜੇ ਪਾਸੇ ਆਪਾਂ 3 ਜੋੜਿਆ 3 ਤੇ 2 5 5 ਤੇ 2 7 6 ਚੋਂ 1 ਘਟਾਇਆ 4 5 5 ਤੇ 3 8 ਤਾਂ ਦੋਨੇ ਪਾਸੇ ਬਰਾਬਰ ਨਹੀਂ ਹੈਗੇ ਨਹੀਂ ਹੈਗੇ ਨਾ ਤਹਦਾ ਮਤਲਬ ਕੀ ਹੋ ਗਿਆ ਸਮਾਨਤਾ ਹੋ ਗਈ ਖਤਮ ਇਕੁਏਸ਼ਨ ਦੀ ਆਪਾਂ ਗੱਲ ਕੀਤੀ ਸੀ ਸਮੀਕਰਨਾਂ ਦੀ ਗੱਲ ਕੀਤੀ ਸੀ ਲਾਸਟ ਲੈਕਚਰ ਦੇ ਵਿੱਚ ਕਿ ਬਰਾਬਰ ਹੁੰਦਾ ਸਭ ਕੁਝ ਤਾਂ ਇਹਦਾ ਮਤਲਬ ਇਹ ਚੀਜ਼ ਸੰਭਵ ਨਹੀਂ ਹੈਗੀ ਤਾਂ ਕੀ ਚੀਜ਼ ਸੰਭਵ ਹੈ ਕਿ ਦੋਨਾਂ ਪਾਸੇ ਇੱਕੋ ਹੀ ਸੰਖਿਆ ਦਾ ਜੋੜ ਕਰੀਏ ਇੱਕੋ ਹੀ ਸੰਖਿਆ ਦਾ ਘਟਾ ਕਰੀਏ ਇੱਕੋ ਹੀ ਸੰਖਿਆ ਨਾਲ ਗੁਣਾ ਕਰੀਏ ਅਤੇ ਇੱਕੋ ਹੀ ਸੰਖਿਆ ਵੰਡ ਕਰੀਏ ਤਾਂ ਦੋਨੇ ਪਾਸੇ ਕੀ ਰਹਿੰਦੇ ਹੁੰਦੇ ਨੇ बराबर ਰਹਿੰਦੇ ਹੁੰਦੇ ਨੇ ਇਹ ਰੂਲ ਹੈ ਸਮਾਨਤਾ ਦਾ ਜਾਂ ਸਮੀਕਰਨ ਦਾ ਇਹ ਰੂਲ ਹੈ ਜਿਸ ਤੇ ਆਪਾਂ ਗੱਲ ਕਰਨੀ ਹੈ ਅਸਲ ਦੇ ਵਿੱਚ ਜਿਹੜੀ ਸਮੀਕਰਨ ਹੈ ਨਾ ਦੋਸਤੋ ਇਹ ਇੱਕ ਤਰ੍ਹਾਂ ਦੀ ਜਿਹੜੀ ਤੱਕੜੀ ਹੁੰਦੀ ਹੈ ਨਾ ਤੱਕੜੀ ਤੱਕੜੀ ਇਹ ਉਹਦੇ ਤਰ੍ਹਾਂ ਦੀ ਹੈ ਜਿਹੜੀ ਬੈਲੈਂਸਡ ਹੁੰਦੀ ਹੈ ਸੰਤੁਲਿਤ ਹੁੰਦੀ ਹੈ ਦੋਨੇ ਪਾਸੇ ਬਰਾਬਰ ਹੁੰਦੇ ਆ ਦੋਨੇ ਪਾਸੇ ਬਰਾਬਰ ਹੁੰਦੇ ਆ ਉੱਚਾ ਨੀਵਾ ਪਾਸਾ ਨਹੀਂ ਹੋਣਾ ਚਾਹੀਦਾ ਉੱਪਰ ਨੀਚੇ ਨਹੀਂ ਹੋਣਾ ਚਾਹੀਦਾ ਤਾਂ ਇਹ ਇੱਕ ਸੰਤੁਲਿਤ ਟੱਕੜੀ ਦੀ ਤਰ੍ਹਾਂ ਹੁੰਦੀ ਹੈ ਇੱਕ ਬੈਲੈਂਸ ਹੁੰਦਾ ਹੈ ਤਾਂ ਆਪਾਂ ਬੈਲੈਂਸ ਹੀ ਮੇਨਟੇਨ ਕਰਨਾ ਹੈ ਇਹੀ ਉਦਾਹਰਣ ਮੈਂ ਇੱਥੇ ਲੈ ਰਿਹਾ ਇੱਧਰ ਆਪਾਂ 5 ਕਿਲੋ ਦਾ ਵੱਟਾ ਪਾਤਾ ਇੱਧਰ ਆਪਾਂ 5 ਕਿਲੋ ਚਾਵਲ ਪਾਤੇ ਇੱਕ ਲਿਫਾਫੇ ਦੇ ਵਿੱਚ ਚਾਵਲ ਪਾਤੇ ਪਾਤੇ ਨਾ ਅਗਰ ਮੈਨੂੰ ਇੱਧਰ 1 ਕਿਲੋ ਦਾ ਬੱਟਾ ਜ਼ਿਆਦਾ ਰੱਖਣਾ ਪਊਗਾ ਮੈਂ 1 ਕਿਲੋ ਬੱਟਾ ਹੋਰ ਰੱਖਤਾ ਤਾਂ ਕੀ ਕਰਨਾ ਪਊਗਾ ਆਪਾਂ ਨੂੰ ਆਪਾਂ ਨੂੰ ਇੱਧਰ ਵੀ 1 ਕਿਲੋ ਬੱਟਾ ਜਾਂ ਚਾਵਲ ਪਾਣੇ ਪੈਣਗੇ ਤਾਂ ਹੀ ਇਹ ਸੰਤੁਲਿਤ ਹੋਊਗੀ ਸਹੀ ਹੈ ਨਾ ਮੇਰੀ ਗੱਲ ਜੇ ਇੱਧਰ ਤਾਂ 1 ਕਿਲੋ ਪਾਦਾ ਇੱਧਰ ਪਾਇਆ ਨਹੀਂ ਤਾਂ ਇਹ ਹਿੱਸਾ ਨੀਚੇ ਹੋਜੂ ਇਹ ਉੱਪਰ ਹੋਜੂ ਬੈਲੈਂਸ ਵਿਗੜ ਗਿਆ ਅਸੰਤੁਲਿਤ ਹੋਗੀ ਜਾਂ ਇਧਰੋਂ 1 ਕਿਲੋ ਘਟਾ ਲਿਆ ਇੱਧਰ ਪਾਤਾ ਇਹ ਉੱਪਰ ਹੋ ਗਿਆ ਜਾ ਆਪਾਂ ਨੇ ਇਹਨੂੰ ਕੀ ਕਰਨਾ ਹੈ ਸੰਤੁਲਿਤ ਕਰਨਾ ਹੈ ਤਾਂ ਉਹਦੇ ਲਈ ਆਪਾਂ ਨੂੰ ਦੋਹਾਂ ਪਾਸੇ ਬਰਾਬਰ ਮਾਤਰਾ ਦੇ ਵਿੱਚ weight ਪਾਣਾ ਪੈਣਾ ਜਾਂ ਆਪਾਂ 1 ਕਿਲੋ ਘਟਾ ਦਾਂਗੇ ਵਟਾ ਘਟਾ ਕੇ ਆਪਾਂ 2-2 ਕਿਲੋ ਦੇ ਦੋ ਪਾ ਦਾਂਗੇ ਤਾਂ ਫਿਰ ਆਪਾਂ ਨੂੰ ਇੱਥੋਂ ਵੀ 1 ਕਿਲੋ ਘਟਾਣਾ ਪਊਗਾ ਤਾਂ ਕਿ ਬੈਲੈਂਸ ਬਣਿਆ ਰਹੇ ਤਾਂ ਇਸ ਤਰ੍ਹਾਂ ਇੱਕ ਜੋ ਸਮੀਕਰਨ ਹੈ ਨਾ ਉਹ ਇੱਕ ਸੰਤੁਲਿਤ ਤੱਕੜੀ ਦੀ ਤਰ੍ਹਾਂ ਹੁੰਦੀ ਹੈ ਜਿਹਦੇ ਦੋਨਾਂ ਪਾਸਿਆਂ ਹੀ ਬਰਾਬਰ ਮਾਤਰਾ 'ਚ ਜੋੜਨਾ ਪਊਗਾ ਘਟਾ ਕਰਨਾ ਪਊਗਾ ਉਨੂੰ ਗੁਣਾ ਵੀ ਕਰਨੇ ਪਾਉਗੇ ਵੰਡ ਵੀ ਕਰਨੇ ਪਾਉਗੇ ਤਾਂ ਆਪਾਂ ਇਸ ਤੇ ਗੱਲ ਕਰਨੇ ਆ ਇਹ ਹੋ ਗਿਆ ਇਹਦਾ ਨਿਜਮ ਜਿਸ ਤੇ ਆਪਾਂ ਚਰਚਾ ਕਰਨੀ ਹੈ ਹੁਣ ਆਪਾਂ ਗੱਲ ਕਰਨੀ ਹੈ ਸਮੀਕਰਨ ਨੂੰ ਆਪਾਂ ਕਿਸ ਤਰੀਕੇ ਨਾਲ ਹੱਲ ਕਰਨਾ ਕੁਝ ਕੁ ਨਾਰ ਨਾਲ ਲੈ ਕੇ ਆਪਾਂ ਸਮੀਕਰਨ ਹੱਲ ਕਰਨੇ ਆ ਹੱਲ ਕਰੋ ਮੈਂ ਕੋਸ਼ਿਸ਼ ਕਰ ਰਿਹਾ ਮੈਂ ਪੈਰਲਲ ਤਿੰਨ ਚਾਰ ਉਦਾਹਰਨਾਂ ਲੈ ਕੇ ਚੱਲਦੇ ਹਾਂ x 2 6 a 3 5 y 3 8 l 6 7 ਚਾਰ ਉਦਾਹਰਨਾਂ ਤੁਹਾਡੇ ਸਮਰੇ ਰੱਖੀਆਂ ਹੋਈਆਂ ਐ ਮੈਂ ਆਪਾਂ ਇਹਨੂੰ ਹੱਲ ਕਰਦੇ ਹਾਂ ਇੱਕ ਗੱਲ ਜ਼ਰੂਰ ਦੱਸੂnga ਜਦੋਂ ਸਮੀਕਰਨ ਹੱਲ ਕਰਨ ਦੀ ਗੱਲ ਆਉਂਦੀ ਹੈ ਨਾ ਤਾਂ ਇਹਦਾ ਮਤਲਬ ਜਿਹੜਾ ਉੱਥੇ ਚੱਲ ਹੈ ਆਪਾਂ ਉਹਦੀ ਕੀਮਤ ਪਤਾ ਕਰਨੀ ਹੈ ਜਿਹੜਾ ਚੱਲ ਹੈ ਚੱਲ ਦਾ ਮਤਲਬ ਇੰਗਲਿਸ਼ ਦਾ ਅੱਖਰ x a y l ਤਾਂ ਆਪਾਂ ਉਹਰੇ ਇਹਨਾਂ ਦੀ ਕੀਮਤ ਪਤਾ ਕਰਨੀ ਹੈ ਮੈਂ ਇਹ ਉਤਾਰ ਨੂੰ ਥੋੜਾ ਇੱਕ ਤਕੜੀ ਬਣਾ ਕੇ ਹੱਲ ਕਰਨ ਦੀ ਕੋਸ਼ਿਸ਼ ਕਰਦਾ ਆਪਾਂ ਗੱਲ ਕੀਤੀ ਹੈ ਜਿਹੜੀ ਸਮੀਕਰਨ ਦੇ ਵਿੱਚ ਤਕੜੀ ਹੁੰਦੀ ਹੈ ਉਹ ਪੂਰੀ ਬੈਲੈਂਸਡ ਹੁੰਦੀ ਹੈ ਬੈਲੈਂਸਡ ਹੁੰਦੀ ਹੈ ਨਾ ਜਿਹਦੇ ਖੱਬੇ ਪਾਸੇ ਆ ਗਿਆ ਆਹਾ x 2 ਬਰਾਬਰ ਦਾ ਨਿਸ਼ਾਨ ਆ ਬੈਲੈਂਸ ਹੋ ਗਿਆ ਬਰਾਬਰ ਹੈ 6 ਹੁਣ ਮੈਂ ਇਹਦੀ ਕੀਮਤ ਕੱਢਣੀ ਹੈ ਉਰੇ ਜੋ 2 ਪਲੱਸ ਦਾ ਹੈ ਤਾਂ ਆਪਾਂ ਨੂੰ ਕੀ ਕਰਨਾ ਪਊ ਉਹਨੂੰ ਖਤਮ ਕਰਨਾ ਪਊਗਾ ਖਤਮ ਕਰਨਾ ਪਊਗਾ ਨਾ ਤਾਂ 2 ਪਲੱਸ ਦੀ ਥਾਂ ਤੇ ਆਪਾਂ ਕੀ ਕਰਾਂਗੇ ਆਪਾਂ 2 ਘਟਾ ਦਾਂਗੇ ਦੋਹਾਂ ਪਾਸੇ ਤਾਂ ਹੀ 2 ਖਤਮ ਹੋਣਾ ਨਾ ਤਾਂ ਕੀ ਹੋ ਗਿਆ ਫਿਰ 2 ਦੇ ਨਾਲ 2 ਕੱਟ ਗਿਆ ਕੀ ਬਚ ਗਿਆ x 6 ਚੋਂ 2 ਘਟਾਇਆ ਕੀ ਬਚ ਗਿਆ 4 ਤਾਂ ਕੁਸਚਨ ਖਤਮ ਤੁਹਾਡਾ ਆਨਸਰ ਆ ਗਿਆ ਹੱਲ ਕਰਦਾ ਮੈਂ ਆਪਾਂ ਪਹਿਲਾਂ ਇੱਕ ਸਮਝਾਉਣਾ ਹੈ ਕਨਸੈਪਟ ਕੀ ਹੈ ਅਗਰ ਇਹਦੀ ਗੱਲ ਕਰੀਏ ਤਾਂ ਇਹ ਇੱਕ ਤਕੜੀ ਦਾ ਕੰਮ ਕਰ ਰਹੀ ਹੈ ਸਮਿਕਰਨ ਹੈ ਬੈਲੈਂਸ ਤਕੜੀ ਹੈ ਜਿਹਦੇ ਖੱਬੇ ਪਾਸੇ ਆਪਣੇ ਕੋਲੇ a 3 ਹੈ ਤੇ ਸੱਜੇ ਪਾਸੇ 5 ਹੈ ਹਨੇ ਤੇ ਤਿੰਨ ਕੱਟ ਰਹੀ ਐ ਕੱਟ ਰਹੀ ਐ ਨਾ ਇਹ ਤਾਂ ਕੀ ਕਰਾਂਗੇ ਇਹਨੂੰ ਖਤਮ ਕਰਨ ਦੇ ਲਈ ਵਧਾ ਦਾਂਗੇ ਤਾਂ ਦੋਹਾਂ ਪਾਸੇ ਫਿਰ ਕੀ ਕਰਾਂਗੇ ਤਿੰਨ ਵਧਾਵਾਂਗੇ ਤਾਂ ਕਿ ਤਕੜੀ ਸੰਤੋਲਿਤ ਰਹੇ ਤਿੰਨ ਦੇ ਨਾਲ ਤਿੰਨ ਕੱਟ ਗਿਆ ਪਿੱਛੇ ਬਚ ਗਿਆ ਇਹ 5 ਤੇ 3 8 ਤਾਂ ਦੋਸਤੋ ਆਪਾਂ ਇਹ ਕੰਮ ਕਰਨਾ ਇਹਨੂੰ ਹੱਲ ਕਰਨ ਦੇ ਲਈ ਮੈਂ ਉਦਾਹਰਨ ਤਕੜੀ ਦੀ ਤਾਂ ਹੀ ਲਈ ਸੀ ਹੁਣ ਆਪਾਂ ਅਸਲ ਦੇ ਵਿੱਚ ਕੀ ਕਰਾਂਗੇ ਤੁਹਾਨੂੰ ਤਕੜੀ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਸਿਰਫ ਸਮਝਾਉਣ ਦੇ ਲਈ ਤਕੜੀ ਬਣਾਈ ਸੀ ਜਦੋਂ ਪਲੱਸ ਆ ਗਿਆ ਵਧਰੀ ਇਹ ਚੀਜ਼ ਪਲੱਸ ਦਾ ਮਤਲਬ ਤੈਨੂੰ ਖਤਮ ਕਰਨ ਦੇ ਲਈ ਘਟਾ ਕਰਾਂਗੇ ਦੋਨਾਂ ਪਾਸੇ ਦੋ ਘਟਾਉਂਦੇ ਕਿਉਂਕਿ ਉਹ ਪਲੱਸ ਹੈ ਉਹ ਰੇ ਮਾਈਨਸ ਹੈ ਮਾਈਨਸ ਦਾ ਮਤਲਬ ਕੀ ਹੋ ਗਿਆ ਇਹ ਚੀਜ਼ ਘਟ ਰਹੀ ਆਪਾਂ ਨੂੰ ਵਧਾਵਾਂਗੇ ਤਾਂ ਫਿਰ ਫਰਕ ਕੀ ਕਰਾਂਗੇ ਜਿਹੜੇ ਆਪਾਂ ਗੱਲ ਕੀਤੇ ਦੋਹਾਂ ਪਾਸੇ ਪਾਵਾਂਗੇ ਦੋਨਾਂ ਪਾਸੇ ਤਿੰਨ ਜੋੜਨ ਤੇ x+2 2 ਘਟਾਤਾ 6 ਚੋਂ 2 ਘਟਾਤਾ ਦੋਹਾਂ ਪਾਸੇ ਆਪਾਂ ਕੀ ਕਰਤਾ 2-2 ਘਟਾਦਾ ਇਹੀ ਕੰਮ ਕੀਤਾ ਨਾ ਆਪਾਂ 2 ਨਾਲ 2 ਕੱਟ ਗਿਆ 2 ਪਲੱਸ ਦੇ ਆ 2 ਮਾਈਨਸ ਦੇ ਆ ਖਤਮ ਪਿੱਛੇ ਬਚ ਗਿਆ ਕੱਲਾ x 6 ਚੋਂ 2 ਘਟਾਏ 4 ਤਾਂ ਇਹ ਸਮੀਕਰਨ ਨੂੰ ਹੱਲ ਕੀਤਾ x ਦੀ ਕੀਮਤ ਕੀ ਆ ਗਈ 4 ਆ ਗਈ ਤਾਂ ਇਹ ਸਮੀਕਰਨ ਦਾ ਕੀ ਹੈ ਹੱਲ ਹੈ ਇਧਰ ਦੇਖਦੇ ਹਾਂ ਕਿਉਂਕਿ 3 ਘਟ ਰਿਹਾ ਸੀ ਮਾਈਨਸ ਦਾ ਸੀ ਤਾਂ ਆਪਾਂ ਦੋਹਾਂ ਪਾਸੇ 3 ਜੋੜਤਾ A 3 3 5 3 ਦੋਹਾਂ ਪਾਸੇ ਆਪਾਂ ਕੀ ਕਰਤਾ 3 ਜੋੜਤਾ 3 3 ਕੱਟ ਗਿਆ ਪਿੱਛੇ ਕੀ ਬਚ ਗਿਆ A 5 ਤੇ 3 8 ਤਾਂ ਸਮੀਕਰਨ ਨੂੰ ਹੱਲ ਕੀਤਾ ਹੱਲ ਕਰਕੇ ਕਿੰਨਾ ਆਨਸਰ ਆ ਗਿਆ A 8 ਅਗਲੇ ਪਾਸੇ ਗੱਲ ਕਰਦੇ ਆ Y 3 3 ਕਾਦਾ ਹੈ प्लस दा। की करें दो पासे तीन घटा दो पास तीन घटा क्योंकि तीन प्लस है वाई प्लस तीन माइनस तीन बराबर अठ माइनस तीन आपसे हाँ आई फर्क पाया तीन प्लस तीन माइनस खत्म पिछे बच गया वाई अठ चो तीन घटाए ਕਿੰਨਾ ਬਚ ਗਿਆ 5 ਤਾਂ ਇਹ ਸਮੀਕਰਨ ਦਾ ਹੱਲ ਕਿੰਨਾ ਆ ਗਿਆ y ਬਰਾਬਰ ਹੈ 5 ਹੁਣ ਇੱਥੇ ਗੱਲ ਕਰਦੇ ਆ 6 ਕਾਹਦਾ ਦੇਖੋ ਮਾਈਨਸ ਦਾ ਤਾਂ ਕੀ ਕਰਾਂਗੇ ਦੋਨਾਂ ਪਾਸੇ 6 ਜੋੜਨ ਤੇ ਤਾਂ ਦੋਹਾਂ ਪਾਸੇ ਆਪਾਂ ਕੀ ਕੀਤਾ 6 ਜੋੜਿਆ ਆਪਣੇ ਕੋਲ ਆ ਗਿਆ 6 6 ਕੱਟ ਗਿਆ ਪਿੱਛੇ ਬਚ ਗਿਆ l 7 ਤੇ 6 13 ਦਾ ਹੱਲ ਕੀਤਾ ਆ ਗਿਆ ਤਾਂ ਚਾਰ ਸਮੀਕਰਨਾਂ ਦੀ ਆਪਾਂ ਗੱਲ ਕੀਤੀ ਹੈ ਚਾਰੋਂ ਆਪਾਂ ਹੱਲ ਕਰ ਚੁੱਕੇ ਹਾਂ ਹੁਣ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਮੈਂ ਗੱਲ ਕਰਨੀ ਹੈ ਜਾਂਚ ਦੀ ਤੁਸੀਂ ਜਾਂਚ ਕਰ ਰਿਹਾ ਕਿ ਵਾਕਈ ਤੁਹਾਡਾ ਆਨਸਰ ਸਹੀ ਆ ਜਾਂ ਨਹੀਂ ਤਾਂ ਕੀ ਕਰਾਂਗੇ ਇਸ ਚਲ ਦੀ ਕੀਮਤ ਨੂੰ ਆਪਾਂ ਸਮੀਕਰਨ ਚ ਭਰਾਂਗੇ ਦੇਖੋ ਧਿਆਨ ਨਾਲ ਸਮੀਕਰਨ ਆਪਣੇ ਕੋਲੇ ਹੈਗੀ ਹੈ x 2 6 x ਦੀ ਕੀਮਤ ਕਿੰਨੀ ਹੋਗੀ 4 ਤਾਂ x ਦੀ 4 आ गया बराबर ने चार प्लस दो छे बराबर है छे तो यह मतलब दोनों पासे बराबर हो गए जो अपना आंसर है वह की हो गया ठीक हो गया इसे तरीके अगर अगे गल करिए जांच गल करिए अपने को समीकरण है ए माइनस तीन बराबर है पांच ए पर अपने को कि आ गया अठ आ गया ਤਾਂ 803 ਘਟਾਵਾਂਗੇ 5 ਬਰਾਬਰ ਹੈ 5 ਤਾਂ ਇਹਨੂੰ ਹੱਲ ਕੀਤਾ ਕਿੰਨਾ ਆਨਸਰ ਆ ਚੁੱਕਿਆ ਆਪਣੇ ਕੋਲੇ 5 ਬਰਾਬਰ ਹੈ 5 ਤਾਂ ਫਿਰ ਦੋਸਤੋ ਇਹਦਾ ਮਤਲਬ ਕੀ ਹੋ ਗਿਆ ਦੋਨੇ ਪਾਸੇ ਬਰਾਬਰ ਨੇ ਤਾਂ ਜੋ ਸਮੀਕਰਨ ਦਾ ਹੱਲ ਹੈ ਉਹ ਕੀ ਹੈ ਸਹੀ ਹੈ ਤਾਂ ਇਸ ਤਰੀਕੇ ਦੇ ਨਾਲ ਆਪਾਂ ਆਨਸਰਾਂ ਦੀ ਜਾਂਚ ਕਰ ਸਕਦੇ ਹਾਂ ਹੁਣ ਆਪਾਂ ਅੱਗੇ ਕੁਝ ਹੋਰ ਉਦਾਹਰਣ ਲੈ ਕੇ ਚੱਲਿਆਂ ਇਹ ਤਾਂ ਆਪਾਂ ਜੋੜ ਦੀ ਗੱਲ ਕਰ ਰਹੇ ਹਾਂ ਇੱਥੇ ਮੈਂ ਗੱਲ ਕੀਤੀ ਸੀ ਜ਼ਰੂਰੀ ਨਹੀਂ ਹੈਗਾ ਚੱਲ ਖੱਬੇ ਪਾਸੇ ਹੋਵੇ ਚੱਲ ਸੱਜੇ ਪਾਸੇ ਵੀ ਹੋਣਾ ਚਾਹੀਦਾ ਹੋ ਸਕਦਾ ਹੈ 3 ਬਰਾਬਰ ਹੈ ਪੀ 2 ਆ ਆ ਗਿਆ ਕਿਉਂਕਿ ਆਪਾਂ ਕੀਮਤ ਕਿਹਦੀ ਕੱਢਣੀ ਆਪਾਂ ਚੱਲ ਦੀ ਕੀਮਤ ਕੱਢਣੀ ਹੈ ਚੱਲ ਆਪਣੇ ਕੋਲ ਕੀ ਹੈ ਪੀ ਹੈ ਹੁਣ ਪੀ ਦੇ ਨਾਲ ਦੇਖੋ ਕੀ ਪਿਆ ਕਿਉਂਕਿ ਆਪਾਂ ਚੱਲ ਦੇ ਨਾਲ ਦੇਖਣਾ ਹੈ 2 ਤੇ 2 ਪਲੱਸ ਦਾ ਖਤਮ ਕਰਨ ਲਈ ਕੀ ਕਰਾਂਗੇ ਘਟਾ ਕਰਾਂਗੇ ਦੋਨਾਂ ਪਾਸੇ 2 ਘਟਾਉਣ ਤੇ ਜਦੋਂ ਦੋਹਾਂ ਪਾਸੇ ਦੋ ਘਟਾਤਾ ਤਿੰਨ ਚੋਂ ਦੋ ਘਟਾਏ ਪੀ 2 2 ਦੋ ਦੇ ਨਾਲ ਦੋ ਕੱਟ ਗਿਆ ਤਿੰਨ ਚੋਂ ਦੋ ਘਟਾਏ 1 1 ਬਰਾਬਰ ਹੈ ਪੀ ਤਾਂ ਇਹ ਸਮੀਕਰਨ ਦਾ ਕਿੰਨਾ ਹੱਲ ਆ ਗਿਆ 1 ਆ ਗਿਆ ਉਦਾਹਰਣ ਕੀ ਕਹਿੰਦੀ ਹੈ x 4 -7 ਮੰਨ ਲਓ ਇਹ ਆ ਗਿਆ ਤਾਂ ਚੱਲ ਕਿੱਥੇ ਉਹਨੂੰ ਦੇਖਿਆ ਕਰੋ ਆ ਰਿਹਾ ਚਲ ਦੇ ਨਾਲ ਜਿਹੜੀ ਸੰਖਿਆ ਹੈ ਅਗਰ ਉਹ ਪਲੱਸ ਦੀ ਆ ਤਾਂ ਦੋਹਾਂ ਪਾਸੇ ਘਟਾ ਕਰ ਦਾਂਗੇ ਜੇ ਮਾਈਨਸ ਦੀ ਆ ਦੋਹਾਂ ਪਾਸੇ ਜੋੜ ਕਰ ਦਾਂਗੇ 4 ਮਾਈਨਸ ਹੈ ਦੋਨਾਂ ਪਾਸੇ 4 ਜੋੜਨ ਤੇ x 4 4 7 4 4 4 ਕੱਟ ਗਿਆ x -7 4 ਆਪਾਂ ਨੂੰ ਪਤਾ ਹੈ ਕਿੰਨਾ ਆ ਗਿਆ -3 ਕਿਉਂ ਨਿਸ਼ਾਨ ਅਲੱਗ-ਅਲੱਗ ਦੇ ਘਟਾਓ ਹੋ ਜੂ ਤੇ ਜੋ ਨਿਸ਼ਾਨ ਆਊਗਾ ਉਹ ਵੱਡੀ ਸੰਖਿਆ ਦਾ ਆਣਾ। ਹੋਰ ਉਦਾਹਰਨ ਦੇਖਦੇ ਆਪਾਂ। -5 2 a। ਆ ਬੜਾ ਇੰਟਰਸਟਿੰਗ ਕੁਐਸਚਨ ਹੈ ਦੇਖੋ ਜਿੱਥੇ ਗਲਤੀ ਦੇ ਚਾਂਸ ਸਭ ਤੋਂ ਵੱਧ ਹੁੰਦੇ ਨੇ। ਚੱਲ ਕਿੱਥੇ ਆਪਣੇ ਕੋਲੇ ਚੱਲ ਆ ਰਿਹਾ। ਪਹਿਲਾਂ ਚੱਲ ਨੂੰ ਦੇਖੋ। ਉਹਦੇ ਨਾਲ ਸੰਖਿਆ ਆ ਰਹੀ। ਇਹਦੇ ਅਗਲਾ ਨਿਸ਼ਾਨ ਦੇਖਣਾ ਹੁੰਦਾ ਹਮੇਸ਼ਾ। ये अगे कोई भी निशान नहीं है तो यहाँ मतलब है प्लस है पिछले निशान तो कोई मतलब नहीं इतने जो गलती होंगी है पिछला निशान नहीं देखना हमेशा जो निशान है वो संख्या दे अगला देखा करते दे हैं क्योंकि यदे कोई भी निशान नहीं है तो एक कर प्लस का तो जो ये प्लस हो गया तो की करा दो पास दोटाते माइनस पं माइनस दो 2 a 2 ਆ ਕੱਟ ਗਿਆ ਦੋਨੋਂ ਨਿਸ਼ਾਨ ਇੱਕੋ ਨਾਲ ਦੇ ਜੋੜ ਹੋ ਗਿਆ ਨਿਸ਼ਾਨ ਵੱਡੀ ਰਕਮ ਦਾ ਬਰਾਬਰ ਮਾਈਨਸ ਹੁਣ ਦੋਹਾਂ ਪਾਸੇ ਮਾਈਨਸ ਹੈ ਤਾਂ ਮਾਈਨਸ ਨਾਲ ਮਾਈਨਸ ਕੱਟ ਗਿਆ ਆਨਸਰ ਕਿੰਨਾ ਆ ਗਿਆ a ਬਰਾਬਰ ਹੈ 7 ਆ ਗਿਆ ਇਹ ਤਾਂ ਹੋ ਗਏ ਕੁਝ ਕੁ ਧਾਰਨਾ ਜੋੜ ਘਟਾ ਦਿਆਂ ਮੈਂ ਗੁਣਾ ਦੀ ਗੱਲ ਕਰਦਾ ਸਮੀਕਰਨ ਆ ਗਈ 4x ਬਰਾਬਰ ਹੈ 16 ਸਮੀਕਰਨ ਹੱਲ ਕਰਨੀ ਹੈ ਮਤਲਬ ਆਪਾਂ x ਦਾ ਮੁੱਲ ਪਤਾ ਕਰਨਾ ਹੈ ਆ ਰਹਿਤ ਚੱਲ ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਚਾਰ ਦਾ ਐਕਸ ਦੇ ਨਾਲ ਕੀ ਸਬੰਧ ਹੈ ਇੱਥੇ ਬਚਾ ਲੈ ਕੋਈ ਵੀ ਨਿਸ਼ਾਨ ਨਹੀਂ ਹੈਗਾ ਤਾਂ ਇਹਦਾ ਮਤਲਬ ਕੀ ਹੈ ਉੱਥੇ ਗੁਣਾ ਤੇ ਗੁਣਾ ਨੂੰ ਦੇਖੋ ਜੋੜ ਦੇ ਲਈ ਘਟਾ ਕਰਦੇ ਸੀ ਘਟਾਲੇ ਜੋੜ ਕਰਦੇ ਸੀ ਗੁਣਾ ਲਈ ਕੀ ਕਰਾਂਗੇ ਵੰਡ ਕਰਾਂਗੇ ਤੇ ਵੰਡ ਲਈ ਕੀ ਕਰਾਂਗੇ ਗੁਣਾ ਕਰਾਂਗੇ ਤਾਂ ਦੋਨਾਂ ਪਾਸੇ ਚਾਰ ਨਾਲ 1 डन ਤੇ 4 x 4 16 4 4 ਨਾਲ 4 ਕੱਟਿਆ ਗਿਆ 4 4 16 ਤਾਂ ਹੱਲ ਕੀਤਾ x ਕਿਹਦੇ ਬਰਾਬਰ ਆ ਗਿਆ ਆਪਣੇ ਕੋਲੇ 4 ਦੇ ਬਰਾਬਰ ਆ ਗਿਆ ਹੋਰ ਉਦਾਹਰਣ ਦੇਖੋ 3a 9 ਤਾਂ 3 ਦੇ a ਦੇ ਵਿਚਾਲੇ ਕੋਈ ਵੀ ਨਿਸ਼ਾਨ ਨਹੀਂ ਹੈਗਾ ਤਾਂ ਅਸਲ ਦੇ ਵਿੱਚ ਇਹ ਕੀ ਹੋ ਗਿਆ 3 a ਤਾਂ ਫਿਰ ਕੀ ਕਰਾਂਗੇ 3 ਦੀ ਗੁਣਾ ਦੋਨਾਂ ਪਾਸੇ 3 ਨਾਲ ਵੰਡਨ ਤੇ 3 a 3 9 3 3 ਦੇ ਨਾਲ 3 ਕੱਟ ਗਿਆ a 3 ਦੇ ਕਿਹੜੇ ਭਾਗ ਦੇ 9 ਆ ਰਿਹਾ 3 3 9 ਤਾਂ ਆਪਣੇ ਕੋਲੇ ਕਿੰਨਾ ਆਨਸਰ ਆ ਗਿਆ a ਹੈ 3 ਇੱਕ ਉਦਾਹਰਨ ਹੋਰ ਲੈ ਕੇ ਚੱਲਦੇ ਹਾਂ 5l ਹੈ 17 ਹੁਣ 5dl ਦੇ ਨਾਲ ਗੁਣਾ ਤਾਂ ਫਿਰ ਕੀ ਕਰਾਂਗੇ 5 ਨਾਲ ਵੰਡਣ ਤੇ 5l/5 17/5 ਇਹ ਕੱਟ ਗਿਆ ਇਹ ਨਹੀਂ ਹੱਲ ਹੁੰਦਾ ਨਹੀਂ ਵੰਡਿਆ ਜਾਂਦਾ ਤਾਂ ਕੋਈ ਗੱਲ ਨਹੀਂ ਆਪਾਂ ਇਸ ਨੂੰ ਕੀ ਕਰਾਂਗੇ बटेਆਂ 'ਚ ਛੱਡ ਦਾਂਗੇ ਕਿਉਂਕਿ ਇਹ ਸਮੀਕਰਨ ਪੂਰੀ ਨਹੀਂ ਵੰਡੀ ਜਾਂਦੀ ਤਾਂ ਇਸ ਨੂੰ ਆਪਾਂ ਐਜ਼ ਇਟ ਇਜ਼ ਹੀ ਛੱਡ ਦਾਂਗੇ ਅੱਗੇ ਆਪਾਂ ਚੱਲਦੇ ਹਾਂ ਹੋਰ ਉਦਾਹਰਣ ਤੇ ਗੱਲ ਕਰਦੇ ਹਾਂ m/4 3 ਹੁਣ ਚੱਲ ਆਪਣੇ ਕੋਲੇ ਆ ਰਿਹਾ 4 ਦਾ m ਦੇ ਨਾਲ ਕੀ ਸੰਬੰਧ ਹੈ ਕੀ ਰਿਲੇਸ਼ਨ ਹੈ 1 ਦਾ ਤੇ ਇਹਨੂੰ ਖਤਮ ਕਰਨ ਲਈ ਕੀ ਕਰਾਂਗੇ ਗੁਣਾ 4 ਨਾਲ ਗੁਣਾ ਕਰੰਦੇ m/4 4 3 4 4 ਦੇ ਨਾਲ 4 ਕੱਟ ਗਿਆ ਤਾਂ m ਆ ਗਿਆ 3 4 12 ਤਾਂ ਇਸ ਸਮੀਕਰਨ ਦਾ ਹੱਲ ਕਿੰਨਾ ਆ ਗਿਆ m ਬਰਾਬਰ ਹੈ 12 ਤੇ ਜੇ ਅਨਸਰ ਚੈੱਕ ਕਰਨਾ ਹੈ ਕੀ ਕਰਾਂਗੇ ਆਪਾਂ ਸਮੀਕਰਨ ਦੇ ਵਿੱਚ ਭਰ ਦਾਂਗੇ ਦੋਨੋਂ ਪਾਸੇ ਕੀ ਆਣਗੇ ਬਰਾਬਰ ਆਣਗੇ ਹੋਰ ਉਦਾਹਰਣ ਦੇਖਦੇ ਹਾਂ l ਵਟੇ 4 ਬਰਾਬਰ ਹੈ 7 ਠੀਕ l ਦੀ ਕੀਮਤ ਕੱਢਣੀ ਹੈ ਤਾਂ ਕੀ ਕਰਾਂਗੇ 4 ਨਾਲ ਕਿਉਂਕਿ 4 ਨਾਲ 1 ਹੈ ਨਾ ਗੁਣਾ ਕਰੰਤੇ l/4 4 7 4 तो l ਕਿਹਦੇ ਬਰਾਬਰ ਆ ਗਿਆ 7 ਚੌਕਾ 28 ਤਾਂ ਇਹਨੂੰ ਹੱਲ ਕੀਤਾ ਕੀ ਬਣ ਗਿਆ ਆਪਣੇ ਕੋਲ ਦੋਸਤੋ 28 ਆਨਸਰ ਆ ਗਿਆ ਤਾਂ ਇਸ ਤਰੀਕੇ ਨਾਲ ਦੇਖੋ ਕਿੰਨੇ ਹੀ ਕੁਐਸਚਨ ਤੁਸੀਂ ਖੁਦ ਵੀ ਬਣਾ ਸਕਦੇ ਹੋ ਹੱਲ ਵੀ ਕਰ ਸਕਦੇ ਹੋ ਅੱਗੇ ਫਾਇਦਾ ਤੁਸੀਂ ਆਨਸਰ ਦੀ ਜਾਂਚ ਵੀ ਕਰ ਸਕਦੇ ਹੋ ਤੁਹਾਨੂੰ ਕਿਸੇ ਨੂੰ ਆਨਸਰ ਚੈੱਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਹੋਰ ਉਦਾਹਰਣ ਤੇ ਲੈ ਕੇ ਚੱਲਦੇ ਆਂ ਦੇਖੋ 2/3a बराबर है 12 एक अवधारणा लेके चल रहे हैं इत्ते जो ध्यान ਨਾਲ ਦੇਖਿਆ ਜਾਵੇ ਅਸਲ ਦੇ ਵਿੱਚ ਇਹਦਾ ਆਪਸ ਕੇ ਰਿਲੇਸ਼ਨ ਹੈ ਇਹ ਅਸਲ ਦੇ ਵਿੱਚ ਆ ਹੈ 2 a 3 12 મતલਬ 2 ਦੀ ਗੁਣਾ 3 ਦੇ ਨਾਲ ਕੀ ਹੈ 1 ਵਨਡ ਹੈ ਤਾਂ ਪਹਿਲਾਂ ਤਾਂ ਆਪਾਂ ਕੀ ਕਰਾਂਗੇ 3 ਨਾਲ ਗੁਣਾ ਦੇਖੋ ਦੋ ਤਰੀਕੇ ਇਹਨੂੰ ਹੱਲ ਕਰਨ ਦੇ ਪਹਿਲਾਂ ਤਾਂ ਆਪਾਂ ਕੀ ਕੀਤਾ 3 ਨਾਲ ਗੁਣਾ ਕਰਤੀ ਕਿਉਂਕਿ 1 ਵਾਲੀ ਗੱਲ ਹੈ ਫਿਰ ਆਪਾਂ ਕੀ ਕਰਾਂਗੇ 2 ਨਾਲ ਵੰਡ ਕਰ ਦਾਂਗੇ ਸਮਝ ਆਈ ਨਾ ਦੇਖੋ ਦੋਨੋਂ ਸਟੈਪ ਇਕੱਠੇ ਚੱਲ ਰਹੇ ਐ ਆ ਕੱਟ ਗਿਆ 2 1 2 6 2 12 ਤੇ a ਕਿੰਨਾ ਆ ਗਿਆ ਹੱਲ ਕਰਕੇ 18 ਜਾਂ ਤਾਂ ਇਹ ਤਰੀਕਾ ਹੈ ਆਪਾਂ 1 ਬਾਈ 1 ਕੀਤਾ ਪਹਿਲਾਂ ਗੁਣਾ ਕਰਕੇ ਬਾਅਦ ਚ ਵੰਡ ਕਰ ਲਓ ਜਾਂ ਪਹਿਲਾਂ ਵੰਡ ਕਰਕੇ ਬਾਅਦ ਗੁਣਾ ਕਰ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ ਜਾਂ ਹੋਰ ਕਿਵੇਂ ਕਰ ਸਕਦੇ ਆ 2 3 ਦੀ a ਦੇ ਨਾਲ ਪੂਰੀ ਗੁਣਾ ਜੇ ਗੁਣਾ ਆਪਾਂ ਸਿੱਧਾ 2/3 ਦੇ ਨਾਲ ਕੀ ਕਰਦਾਂਗੇ ਵੰਡ ਕਰਦਾਂਗੇ ਤੇ ਜਦੋਂ ਆਪਾਂ ਇਹਨੂੰ 2/3 ਨਾਲ ਵੰਡ ਕਰਾਂਗੇ 2/3 ਨਾਲ ਵੰਡ ਕਰਾਂਗੇ ਤਾਂ ਅਸਲ ਦੇ ਵਿੱਚ ਫਿਰ ਕੀ ਹੋਣਾ ਹੈ ਦੇਖੋ ਧਿਆਨ ਨਾਲ ਆਪਾਂ ਸਿੱਧਾ ਲਿਖਾਂਗੇ ਪਰ ਸਮਝਾਉਣ ਦੇ ਲਈ ਲਿਖ ਰਿਹਾ ਮੈਂ ਆਪਾਂ ਵੰਡ ਬਾਰੇ ਗੱਲ ਕੀਤੀ ਹੋਈ ਹੈ ਭਿੰਨਾਂ ਦੇ ਵਿੱਚ ਵੰਡ ਦੀ ਥਾਂ ਤੇ ਆ ਗਈ ਗੁਣਾ बटे ਉਲਟਾ ਹੋ ਗਿਆ ਵੰਡ ਦੀ ਥਾਂ ਤੇ ਆ ਗਏ ਗੁਣਾ ਉਲਟਾ ਹੋ ਗਿਆ ਆ ਇਹਦੇ ਨਾਲ ਕੱਟ ਗਿਆ ਆ ਇਹਦੇ ਨਾਲ ਕੱਟ ਗਿਆ ਤਾਂ a ਬਰਾਬਰ ਹੈ 2 1 2 6 2 12 6 3 18 ਤਾਂ ਤੁਸੀਂ ਸਿੱਧਾ ਕਰ ਸਕਦੇ ਹੋ ਆ ਰਕਮ ਇੱਧਰ ਜਾ ਕੇ ਕੀ ਹੋ ਜੂਗੀ ਉਲਟੀ ਹੋ ਜੂਗੀ ਕਿਉਂਕਿ ਗੁਣਾ ਹੈ ਤਾਂ 2 3 ਕੀ ਬਣ ਜਾਣੀ ਹੈ 3 2 ਬਣ ਜਾਣੀ ਹੈ ਇਹ ਤਾਂ ਜਿਹੜੀ ਆਪਾਂ ਗੱਲ ਕੀਤੀ ਸੀ ਆਪਾਂ ਦੋਹਾਂ ਪਾਸੇ ਇਫੈਕਟ ਪਾ ਰਹੇ ਸੀ ਜੋੜ ਘਟਾ ਗੁਣਾ ਵੰਡ ਹੁਣ ਆਪਾਂ एक सीधा तरीका दस रहा है कि सिद्ध क्योंकि आप जो समीकरण है हल करा ना आप सीधे तरीके हल करा कि में? देखते हैं आ देखो पहली समीकरण ए प्लस चार बराबर है पांच आ गया दूजी समीकरण x माइनस दो बराबर है सात तीसरी समीकरण l माइनस चार बराबर माइनस पांच इस बात दो एल बराबर नौ पांच एम बराबर पंद्रह ए वटे चार बराबर पांच एम वटे सत बराबर तीन तीन एल वटे चार बराबर नौ देखो मैं सारे टाइप टाइप्स उदाहरण इट्ठिया लेनिया बस हम फर्क ही पाना है तुम इकट्ठे हाथ देखो आप ट्राई की है आप दोह हाँ पासे फर्क पा रहे दोह हाँ पास जोड़िया दोह हाँ पास घटा की दोह हाँ पासे गुना की दोह हाँ पासे व्यक्ति हूँ अपना चल आ रहे आही है ना ये अपने को चल यही है ना तो की चार दूजे पास लाके का हो गया माइनस का कारण उही चीज है देखो आप चार घटाते ਹੁਣ ਖੱਬੇ ਪਾਸੇ ਤੋਂ ਆਪਾਂ ਨੂੰ ਪਤਾ ਖਤਮ ਹੀ ਹੋਣਾ ਕਿਉਂਕਿ ਆਪਾਂ ਉਹਨੂੰ ਦੇਖ ਕੇ ਹੀ ਹੱਲ ਕਰ ਰਹੇ ਹਾਂ ਤਾਂ ਸਿੱਧਾ ਇਫੈਕਟ ਆਪਾਂ ਸੱਜੇ ਪਾਸੇ ਪਾ ਰਹੇ ਹਾਂ 504 1 x 2 ਇਹ ਇੱਧਰ ਗਿਆ ਇੱਧਰ ਜਾ ਕੇ ਉਹਨੇ -c ਹੁਣ ਕਾਦਾ ਹੋ ਗਿਆ ਪਲੱਸ ਦਾ 7 2 9 4 ਇੱਧਰ ਗਿਆ ਇੱਧਰ ਜਾ ਕੇ ਕਾਦਾ ਹੋ ਗਿਆ ਪਲੱਸ ਦਾ -5 4 ਦੋਨੋਂ ਨਿਸ਼ਾਨ ਅਲੱਗ-ਅਲੱਗ ਹੈ ਘਟਾ ਹੋ ਗਿਆ ਸੰਖਿਆ ਕੀ ਆ ਗਈ ਵੱਡੀ ਰਕਮ ਨਿਸ਼ਾਨ ਜੋ ਵੱਡੀ ਰਕਮ ਦਾ ਇੱਥੇ ਆਪਾਂ ਨੂੰ ਪਤਾ ਹੈ ਨਿਸ਼ਾਨ ਕੋਈ ਨਹੀਂ ਹੈਗਾ ਤਾਂ ਵਿੱਚ ਕੀ ਹੋਗੀ ਗੁਣਾ ਤਾਂ ਜੇ ਗੁਣਾ ਹੈ ਉਧਰ ਜਾ ਕੇ ਕੀ ਹੋ ਜਾਈ ਉਹਦੀ ਵੰਡ ਤਾਂ ਕਿੰਨਾ ਆਨਸਰ ਆ ਗਿਆ ਆਪਣੇ ਕੋਲੇ 9 ਵਟੇ 2 ਦੇਖੋ ਹੁਣ ਇੱਥੇ ਆਪਾਂ ਨੂੰ ਸਿੱਧਾ ਹੱਲ ਕਰਨਾ ਤੁਸੀਂ ਵੀ ਇਹਨੂੰ ਸਿੱਧਾ ਹੀ ਹੱਲ ਕਰਨਾ ਹੈ ਉਹ ਆਪਾਂ ਸਮਝਾਉਣ ਦੇ ਲਈ ਕੀਤਾ ਸੀ ਸਟਾਰਟਿੰਗ ਦੇ ਵਿੱਚ ਉਹੀ ਪ੍ਰੈਕਟਿਸ ਕਰੋ ਉਸ ਤੋਂ ਬਾਅਦ ਇਸ ਤੇ ਆਓ 5 ਦੀ ਇੱਥੇ ਗੁਣਾ ਇੱਧਰ ਜਾ ਕੇ ਕੀ ਹੋਗੀ ਵੰਡ ਤਾਂ ਇਹ ਹੋ ਗਿਆ 15 ਵਟੇ 5 5 1 5 5 3 15 3 1 ਦਾ ਮਤਲਬ ਅਸਲ ਜਿ ਕਿੰਨਾ ਅਨਸਰ ਆ ਗਿਆ 3 4 ਵੀ ਇੱਥੇ 1 ਡ ਹੈ ਇਧਰ ਗੁਣਾ ਹੋ ਜੂ ਇਧਰ ਜਾ ਕੇ ਤਾਂ ਸਿੱਧੀ ਆਪਾਂ ਨੂੰ ਤਿਰਛੀ ਗੁਣਾ ਬੋਲਦੇ ਆ ਕਰ ਸਕਦੇ ਆ 5 ਚੌਕਾ 20 7 ਇਧਰ 1 ਡ ਹੈ ਇਧਰ ਕੀ ਹੋਗੀ ਗੁਣਾ ਤਾਂ ਕਿੰਨਾ ਆ ਗਿਆ 3 7 21 3 4 ਦੀ ਗੁਣਾ ਇਧਰ 1 ਡ ਹੋਗੀ तो जो इधर जाऊगा ये उल्टा हो जाएगा चार वटे तीन तीन एकम तीन तीयो तीयो नौ चार तीए बारह तो हल करके आ गया एल बराबर है बारह या तीन बराबर है दो माइनस एल आ गया देखो हूँ चल इतना है ना तो आधर भेजा दो कोई भी निशान नहीं है इधर जाके कहदा हो गया माइनस है देखो इतने मैं सिर्फ दो ना है ਮਾਈਨਸ ਤੇ ਐਲ ਓਮੇਦਾ ਓਮੀ ਆ ਤਾਂ ਇਹਨੂੰ ਓਮੇਦਾ ਓਮੀ ਰੱਖਣਾ ਇਸ ਨੂੰ ਨਹੀਂ ਬਦਲਣਾ 3 ਚੋਂ 2 ਘਟਾਇਆ 1 ਮਾਈਨਸ ਉਧਰ ਚਲਾ ਗਿਆ ਤਾਂ ਐਲ ਕਿਹਦੇ ਬਰਾਬਰ ਆ ਗਿਆ ਮਾਈਨਸ 1 ਦੇ ਤਾਂ ਇਸ ਤਰੀਕੇ ਦੇ ਨਾਲ ਆਪਾਂ ਕੁਸ਼ਨਾਂ ਨੂੰ ਡਾਇਰੈਕਟ ਹੱਲ ਕਰਨਾ ਇਹ ਚੀਜ਼ ਤੇ ਹੈ ਹੁਣ ਮੈਂ ਮਿਕਸ ਕਰ ਰਿਹਾ ਹਾਂ ਕੁਸ਼ਨ ਥੋੜਾ ਦਾ ਲੈਵਲ ਅਪ ਕਰ ਰਿਹਾ ਜਿਹਦੇ ਵਿੱਚ ਗੁਣਾ ਤੇ ਜੋੜ ਕੀ ਹੋਵੇ ਮਿਕਸ ਹੋਵੇ ਕਿਵੇਂ समीकरण हल करो दो एक्स प्लस तीन बराबर है पंद्रह आ रहा तो देखो की कर रहे चल कितने आ रहा पहला ये छड़ दो आ जरा तीन है कह दिया प्लस का यू पहला उधर लेके जाओ तो तिने प्लस का उधर जाके की हो गया माइनस का ठीक प्लस है उधर जाके की हो गया दूजे पास माइनस का पंद्रह चौ तीन घटाए बारह है ना 1 2 2 ਨਾਲ ਕੀ ਹੈ ਗੁਣਾ ਉਧਰ ਗਿਆ ਕੀ ਹੋ ਗਈ 1 2 1 2 6 2 12 6 1 ਦਾ ਮਤਲਬ ਕਿੰਨਾ ਆ ਗਿਆ 6 ਆਨਸਰ ਆ ਗਿਆ ਹੋਰ ਦੇਖਦੇ ਹਾਂ 3y 4 11 ਇਹ ਆ ਗਿਆ y ਵਾਲੀ ਸੰਖਿਆ ਐਜ਼ ਇਟ ਇਜ਼ ਛੱਡ ਦੀ ਕਿਉਂਕਿ ਉਹਨੇ ਇੱਕ ਨਾਲ ਸੰਖਿਆ ਹੋਰ ਆ ਗਈ 4 ਦਾ ਉਧਰ ਭੇਜਿਆ 4 ਕਾਦਾ ਹੋ ਗਿਆ ਪਲੱਸ ਦਾ 11 ਤੇ 4 15 ਹੁਣ ਤੈਨੂੰ ਨੂੰ ਭੇਜੋ 3 ਦੀ ਗੁਣਾ ਇਧਰ 3 ਦੀ ਕੀ ਹੋ ਗਈ 1 3 1 3 5 ਤੇ 15 ਆਪਣੇ ਕੋਲ ਕਿੰਨਾ ਆਨਸਰ ਆ ਗਿਆ y ਬਰਾਬਰ ਹੈ 5 ਹੋਰ ਉਦਾਹਰਣ ਲੈ ਰਹੇ ਹਾਂ 4a 1 ਬਰਾਬਰ ਹੈ ਹੁੰਦੀ ਠੀਕ a ਦੇ ਨਾਲ 4 ਇੱਕ ਵਾਰ ਓਵੇਂ ਦੋਵੇਂ 1 ਪਲੱਸ ਦਾ ਇੱਧਰ ਆ ਗਿਆ ਕਾਦਾ ਹੋ ਗਿਆ ਮਾਈਨਸ ਦਾ 19 ਚੋਂ 1 ਘਟਾਏ 18 4 ਦੇ ਗੁਣਾ ਕੀ ਹੋ ਗਈ 1 ਹੁਣੇ ਨਹੀਂ ਵੰਡੇ ਜਾਂਦੇ ਤਾਂ ਜਿਹੜੇ ਪਾੜ ਦੇ ਵੰਡੇ ਜਾਂਦੇ ਵੰਡ ਦੋ ਦੋਨੇ 4 9 ਦੋਨੇ 18 ਤਾਂ ਕਿੰਨਾ ਆਨਸਰ ਆ ਗਿਆ 9 ਵਟੇ 2 ਤਾਂ ਇਸ ਤਰੀਕੇ ਦੇ ਨਾਲ ਆਪਾਂ ਦੇਖੋ ਕੁਸ਼ਲ ਮੈਂ ਥੋੜਾ ਲੈਵਲ ਨੂੰ ਅਪ ਕੀਤਾ ਉਹ ਦੇਖਦੇ ਹਾਂ 4 5y ਬਰਾਬਰ ਹੈ 24 y ਉਮੇਦਾਂ ਉਮੇਦਾਂ ਦੀ ਸੰਖਿਆ ਨਾਲ ਉਮੇਦਾਂ ਉਮੇਦਾਂ ਜਿਹੜੀ ਦੂਸਰੀ ਪਈਆ ਉਹਨੂੰ ਇੱਧਰ ਲੈ ਕੇ ਆਓ 4 ਦੇ ਅੱਗੇ ਕੋਈ ਨਿਸ਼ਾਨ ਨਹੀਂ ਹੈਗਾ ਪਲੱਸ ਹੋ ਗਿਆ ਤਾਂ ਜਦੋਂ ਆਪਾਂ ਦੂਜੇ ਪਾਸੇ ਭੇਜਿਆ ਕੀ ਹੋ ਗਿਆ ਮਾਈਨਸ 24 ਚੋਂ 4 ਘਟਾਏ 20 ਹੁਣ ਇੱਥੇ ਜੋ ਇੰਪੋਰਟੈਂਟ ਚੀਜ਼ ਹੈ ਨਾ ਤੁਸੀਂ ਇੱਕ ਮਿਸਟੇਕ ਪਤਾ ਕੀ ਕਰੋਗੇ ਆਪਣੇ ਕੋਲੇ ਆ ਗਿਆ -5y b ਤੁਸੀਂ ਦੇਖੋਗੇ 5 ਮਾਈਨਸ ਦਾ ਇੱਧਰ ਜਾ ਕੇ ਕਾਦਾ ਹੋ ਗਿਆ ਪਲੱਸ ਦਾ ਨਹੀਂ ਇਹਦੇ ਬਚਾ ਲੈ ਇਹਦਾ Y ਦੇ ਨਾਲ ਕੀ ਰਿਲੇਸ਼ਨ ਆ ਆਪਾਂ ਉਹ ਦੇਖਣਾ ਹੈ Y ਦੇ ਨਾਲ ਇਹਦੀ ਗੁਨਾ ਹੈ ਠੀਕ ਹੈ ਤਾਂ ਆਪਾਂ Y ਦੇ ਹਿਸਾਬ ਨਾਲ ਦੇਖਣਾ ਹੈ ਉਹਦੇ ਅੱਗੇ ਕੀ ਨਿਸ਼ਾਨ ਹੈ ਆਪਾਂ ਉਹ ਨਹੀਂ ਦੇਖਣਾ Y ਦੇ ਨਾਲ ਇਹਦੀ ਗੁਨਾ ਹੈ ਤਾਂ ਇਹਦੀ ਉਧਰ ਜਾ ਕੇ ਕੀ ਹੋ ਗਈ 1 ਹੋ ਗਈ ਇਹ ਥੋੜਾ ਜਿਹਾ ਧਿਆਨ ਚ ਰੱਖਣ ਵਾਲੀ ਗੱਲ ਹੈ ਜੋ ਧਿਆਨ ਰੱਖਣਾ ਹੈ 5 5 5 ਚੋਕਾ 20 ਮਾਈਨਸ ਉੱਪਰ ਸ਼ਿਫਟ ਹੋ ਗਿਆ ਤਾਂ Y ਕਿਹਦੇ ਬਰਾਬਰ ਆ ਗਿਆ ਹੱਲ ਕਰਕੇ -4 ਹੱਲ ਕਰਕੇ ਆ ਗਿਆ ਤਾਂ जो आप गल की देखो एहे है जो आप गल करनी है समीकरणा मिक्स कर रहेवल प्लस माइनस कर रहे आह क्वेश्चन देखो हम एम वटे पंच बराबर है सत्त वटे पंद्रह क्योंकि एम आ रहा उधर की या नहीं इधर है यदि गुना वंड है इधर तो उधर गुना होनी है पं एकमती है पंद्रह 7/7 ਵਟੇ 3 ਤਾਂ ਜੋ ਆਨਸਰ ਆ ਗਿਆ ਉਹ ਕਿੰਨਾ ਆ ਗਿਆ 7/3 ਇੱਕ ਉਦਾਹਰਨ ਮੈਂ ਹੋਰ ਲੈ ਰਿਹਾ ਇਸ ਦੀ 5x/6 15/12 ਮੰਨ ਲਓ ਇਹ ਆ ਗਿਆ ਆ ਰਿਹਾ x x ਦੇ ਨਾਲ 5/6 ਦੀ ਕੀ ਹੈ ਗੁਣਾ ਉਧਰ ਜਾ ਕੇ ਕੀ ਹੋ ਜਾਣੀ ਆ 1 ਤੇ 1 ਦਾ ਮਤਲਬ ਕਿਉਂਕਿ ਇਹ ਭਿੰਨ ਹੈ ਉਧਰ ਜਾ ਕੇ ਇਹ ਹੋ ਜਾਣੀ ਆ ਉਲਟੀ 6 1 6 6 2 12 5 1 5 5 6 30 15 3 1 3 2 1 2 ਤਾਂ ਇਹ ਸੀ ਆਪਣਾ ਸਰਲ ਸਮੀਕਰਨਾਂ ਦੇ ਕੁਝ ਕੁਸ਼ਚਨਸ ਤੇ ਉਦਾਹਰਨਾਂ ਜਿਸ ਦੇ ਵਿੱਚ ਆਪਾਂ ਅਲੱਗ-ਅਲੱਗ ਟਾਈਪਸ ਤੇ ਗੱਲ ਕੀਤੀ ਹੈ ਤੇ ਜੇ ਤੁਸੀਂ ਆਪਣਾ ਆਨਸਰ ਚੈੱਕ ਕਰਨਾ ਹੋਵੇ ਕਿਵੇਂ ਚੈੱਕ ਕਰ ਸਕਦੇ ਹੋ ਉਸ ਆਨਸਰ ਨੂੰ ਚੱਲਦੀ ਕੀਮਤ ਨੂੰ ਸਮੀਕਰਨ ਦੇ ਵਿੱਚ ਭਰੋ ਤੁਹਾਡੇ ਦੋਨੇ ਪਾਸੇ ਕੀ ਹੋਣਗੇ ਬਰਾਬਰ ਹੋਣਗੇ ਥੈਂਕ ਯੂ